ਹਾਂਜੀ, ਕੀ ਨਾਮ ਹੈ, ਅੱਜ ਕੀ ਮੁੱਦਾ ਤੁਹਾਡਾ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ? ਗੁਰਦੀਪ ਸਿੰਘ, ਬਠਿੰਡਾ ਚੇਅਰਮੈਨ ਯੂਨਾਈਟਿਡ ਅਕਾਲੀ ਦਲ ਤੇ ਸਾਡੀ ਸਮੁੱਚੀ ਟੀਮ, ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ? ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਦੇ ਜੋ ਸੰਵੇਦਨਸ਼ੀਲ ਹਾਲਾਤ ਬਣੇ ਇਹਦੇ ਬਾਰੇ 'ਚ ਅਸੀਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹਾਂ। ਮੈਂ ਬਹੁਤ ਧੰਨਵਾਦੀ ਹਾਂ ਸਾਰੀ ਪ੍ਰੈਸ ਦਾ ਜਿਨ੍ਹਾਂ ਨੇ ਅੱਜ ਦੇ ਹਾਲਾਤਾਂ 'ਤੇ ਸਾਨੂੰ ਆਪਣੇ ਵਿਚਾਰ ਦੇਣ ਦਾ ਮੌਕਾ ਮਿਲਿਆ। ਅਸੀਂ ਇਹਦੇ ਬਾਰੇ ਤਿੰਨ ਚਾਰ ਗੱਲਾਂ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ, ਦੇਸ਼ ਦੇ ਲੋਕਾਂ ਨਾਲ, ਸੰਸਾਰ ਦੇ ਲੋਕਾਂ ਨਾਲ। ਪਹਿਲੀ ਗੱਲ, ਇਹ ਸਾਡਾ ਭਰੋਸਾ ਹੈ, ਤੁਹਾਡਾ ਵੀ, ਸਾਰੇ ਮੇਰੇ ਨਾਲ ਤੁਸੀਂ ਸਹਿਮਤ ਹੋਵੋਗੇ ਕਿ 3 ਕਰੋੜ ਵਸੋਂ 'ਚ ਕੋਈ ਟਕਰਾਅ ਨਹੀਂ, ਕਿਤੇ ਦੋ ਵਿਅਕਤੀਆਂ ਦਾ ਵੀ ਕਿਤੇ ਕੋਈ ਝਗੜਾ ਨਹੀਂ ਹੋਇਆ। ਇੱਕ ਸੌ ਸਮਾਜਿਕ ਆਧਾਰ ਦੇ ਉੱਤੇ, ਧਾਰਮਿਕ ਆਧਾਰ ਦੇ ਉੱਤੇ, ਪਰ ਅੱਜ ਜੋ ਹਾਲਾਤ ਦੋਹਾਂ ਸਰਕਾਰਾਂ ਵੱਲੋਂ ਪੇਸ਼ ਕੀਤੇ ਜਾ ਰਹੇ ਆ ਪੰਜਾਬ ਦੇ, ਇੰਟਰਨੈਟ 'ਤੇ ਪੁੰਦੀਆਂ ਲਾ ਕੇ ਹਜ਼ਾਰਾਂ ਗ੍ਰਿਫਤਾਰੀਆਂ ਕਰਕੇ, ਭਾਈ ਅੰਮ੍ਰਿਤਪਾਲ ਸਿੰਘ ਨੂੰ ਹਜ਼ਾਰਾਂ ਬੰਦਿਆਂ ਨੇ ਗ੍ਰਿਫਤਾਰ ਕਰਨ ਦਾ ਯਤਨ ਕੀਤਾ, ਉਹਦੇ ਬਾਰੇ ਸਰਕਾਰ ਵੱਲੋਂ ਭੰਬਲ ਭੂਸਾ ਜਾਰੀ ਰੱਖਣਾ, ਮੁੱਖ ਮੰਤਰੀ ਦੀ ਚੁੱਪ ਕਿ ਉਹ ਗ੍ਰਿਫਤਾਰ ਹੋ ਗਿਆ, ਭੱਜ ਗਿਆ, ਜਾਂ ਇਹ ਵੀ ਸਾਨੂੰ ਸ਼ੰਕਾ ਪੈਦਾ ਹੋ ਰਹੀ ਹੈ ਕਿ ਸ਼ਾਇਦ ਉਹ ਪੁਲਿਸ ਹਿਰਾਸਤ ਦੇ ਵਿੱਚ ਕਤਲ ਕਰ ਦਿੱਤਾ, ਕਿਉਂਕਿ ਭਾਈ ਗੁਰਦੇਵ ਸਿੰਘ ਕਿਉਂਕਿ ਸਮੇਤ ਸੈਂਕੜੇ ਪਹਿਲਾਂ ਵੀ ਸਿੰਘਾਂ ਨੂੰ ਭਗੌੜੇ ਕਰਾਰ ਦਿੱਤਾ ਗਿਆ। ਉਹਦੇ ਬਾਰੇ 'ਚ ਪੁਲਿਸ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸਾਂ ਕਰਨੀਆਂ ਅਤੇ ਸਰਕਾਰ ਵੱਲੋਂ ਚੁੱਪ ਰਹਿਣਾ, ਇਹ ਬੜੀ ਅਫਸੋਸਨਾਕ ਘਟਨਾ ਹੈ। ਅਸੀਂ ਯੂਨਾਈਟਿਡ ਅਕਾਲੀ ਦਲ ਇਹਨਾਂ ਹਾਲਾਤਾਂ ਦੇ ਉੱਤੇ ਜੋ ਸਰਕਾਰ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਹਨ, ਪੰਜਾਬ 'ਚ ਅਮਨ ਸ਼ਾਂਤੀ, ਆਪਸੀ ਭਾਈਚਾਰਾ ਕਾਇਮ ਰੱਖਦੇ ਹੋਏ ਪੂਰਨ ਸ਼ਾਂਤੀ ਤੌਰ 'ਤੇ ਦਾ ਪੂਰੀ ਸ਼ਕਤੀ, ਜੋ ਸਾਡੇ ਕੋਲ ਸ਼ਕਤੀ ਹੈ, ਉਹਦੇ ਰਾਹੀਂ ਅਸੀਂ ਸਰਕਾਰ ਦਾ ਵਿਰੋਧ ਜਾਰੀ ਰੱਖਾਂਗੇ ਅਤੇ ਕਰਾਂਗੇ ਅਣਐਲਾਨੀਏ, ਜੋ ਅਸੀਂ ਕਾਰਵਾਈ ਕਰਾਂਗੇ, ਕੋਈ ਡੇਟ ਦੇ ਕੇ ਜਾਂ ਐਲਾਨ ਕਰਕੇ ਨਹੀਂ, ਉਹਦੇ ਬਾਰੇ 'ਚ ਅਸੀਂ ਸਰਕਾਰ ਵਿਰੁੱਧ ਆਪਣਾ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰਦੇ ਰਹਾਂਗੇ। ਦੂਜੀ ਗੱਲ, ਜਿਵੇਂ ਹਾਲਾਤ ਪੈਦਾ ਕੀਤੇ ਜਾ ਰਹੇ ਆ, ਇੱਕ ਅਜਨਾਲੇ ਦੀ ਸਧਾਰਨ ਘਟਨਾ ਸੀ, ਉਹ ਗੱਲ ਕਾਨੂੰਨ ਟੁੱਟਿਆ, ਕਾਨੂੰਨ ਬਹੁਤ ਜ਼ਿਆਦਾ ਵੀ ਟੁੱਟ ਰਹੇ ਆ, ਦੂਜੀਆਂ ਸਟੇਟਾਂ 'ਚ ਵੱਧ ਟੁੱਟ ਰਹੇ ਆ। ਉਹਨਾਂ ਕੋਲ ਵੀਡੀਓ ਸੀ, ਉਸ ਆਧਾਰ ਦੇ ਉੱਤੇ ਜੋ ਧਾਰਾ ਬਣਦੀ ਸੀ, ਜਿਹੜੀਆਂ ਜਮਾਨਤ ਯੋਗ ਧਾਰਾਵਾਂ ਸਨ, ਉਹਨੂੰ ਗ੍ਰਿਫਤਾਰ ਕਰਕੇ ਸਧਾਰਨ ਮੁਕੱਦਮੇ ਚੱਲਦੇ, ਆਸਾਮ ਭੇਜਣ ਦਾ ਕਾਲੇ ਪਾਣੀਆਂ ਦੀ ਯਾਦ ਕਰਾਈ ਜਾ ਰਹੀ ਹੈ। ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ। ਅਸੀਂ ਸਮਝਦੇ ਹਾਂ ਕਿ ਮਾਨ ਸਰਕਾਰ ਵੱਲੋਂ, ਕੇਂਦਰੀ ਸਰਕਾਰ ਵੱਲੋਂ ਅਤੇ ਕਿ ਆਪਣੇ ਭਾਰਤ ਸਰਕਾਰ ਵੱਲੋਂ ਜੋ ਕਿਸਾਨਾਂ ਨੇ ਅਤੇ ਸਮੁੱਚੇ ਪੰਥ ਨੇ ਅੰਤਰਰਾਸ਼ਟਰੀ ਤੌਰ 'ਤੇ ਕਿਸਾਨ ਅੰਦੋਲਨ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ, ਸਰਕਾਰ ਨੂੰ ਚੁਕਾਇਆ, ਉਹਦਾ ਬਦਲਾ ਲੈ ਕੇ ਇੱਕ ਸਬਕ ਸਿਖਾਉਣ ਦਾ ਯਤਨ ਕੀਤਾ ਜਾ ਰਿਹਾ, ਜਿਵੇਂ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਯਤਨ ਕੀਤਾ ਸੀ ਐਮਰਜੈਂਸੀ ਦਾ। ਅਸੀਂ ਇਹ ਮਹਿਸੂਸ ਕਰਦੇ ਹਾਂ, ਤੁਹਾਡੇ ਰਾਹੀਂ ਅਸੀਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਉਹ ਅੱਗ ਨਾਲ ਨਾ ਖੇਡਣ, ਅੱਗ ਨਾਲ ਸਰਕਾਰ ਖੇਡ ਰਹੀ ਹੈ, ਅਤੇ ਪੰਜਾਬ ਦੇ ਲੋਕਾਂ ਨੂੰ, ਹਰੇਕ ਭਾਈਚਾਰੇ ਦੇ ਲੋਕਾਂ ਨੂੰ, ਹਿੰਦੂ ਭਾਈਚਾਰੇ ਦੇ ਨੂੰ, ਮੁਸਲਮਾਨਾਂ ਨੂੰ, ਦਲਿਤਾਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਕਿ ਕੋਈ ਸਾਡੀ ਭਾਈਚਾਰਕ ਸਾਂਝ 'ਚ ਕੋਈ ਤਰੇੜ ਨਹੀਂ ਅਤੇ ਨਾ ਅਸੀਂ ਪੈਣ ਦੇਵਾਂਗੇ, ਉਹ ਵੀ ਇਕੱਠੇ ਹੋ ਕੇ ਸਰਕਾਰ ਦੇ ਇਸ ਜੁਰਮ ਦੇ ਵਿਰੁੱਧ ਖੜ੍ਹੇ ਹੋਣ ਅਤੇ ਉਹਨਾਂ ਨੂੰ ਸਬਕ ਸਿਖਾਉਣ। ਦੂਜੀ ਮੈਂ ਇਹਦੇ 'ਚ ਇੱਕ ਹੋਰ ਬੇਨਤੀ ਕੌਮੀ ਇਨਸਾਫ਼ ਮੋਰਚੇ ਦੇ ਮੈਂਬਰ ਤੌਰ 'ਤੇ ਕਰਨਾ ਚਾਹੁੰਦਾ, ਕੌਮੀ ਇਨਸਾਫ਼ ਮੋਰਚਾ ਵੀ ਸਮੁੱਚੇ ਤੌਰ 'ਤੇ ਇਹ ਜੋ ਘਟਨਾਵਾਂ ਵਾਪਰ ਰਹੀਆਂ ਉਹਨਾਂ ਸਾਰੇ ਪੀੜਿਤ ਪਰਿਵਾਰਾਂ ਨਾਲ, ਭਾਈ ਅੰਮ੍ਰਿਤਪਾਲ ਸਿੰਘ ਨਾਲ ਪੂਰਨ ਤੌਰ 'ਤੇ ਖੜ੍ਹਾ, ਜਿੱਥੇ ਅਸੀਂ ਜਿਹੜਾ ਮੋਰਚਾ ਲੱਗਿਆ 3 ਮੰਗਾਂ 'ਤੇ, ਉਹਨਾਂ ਲਈ ਅਤੇ ਇਹਨਾਂ ਲਈ ਵੀ ਤਕੜੇ ਹੋ ਕੇ ਲੜਾਂਗੇ। ਅਸੀਂ ਉਹਦੇ ਇੱਕ ਮੈਂਬਰ ਹੋਣ ਦੇ ਨਾਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਇੱਕ ਬਹੁਤ ਵੱਡੀ ਸਮੁੱਚੀਆਂ ਸਿੱਖ ਸੰਪਰਦਾਵਾਂ ਦੀ, ਸੰਤ ਸਮਾਜ ਦੀ, ਰਾਗੀ ਢਾਡੀ ਗ੍ਰੰਥੀ ਸਭਾਵਾਂ ਦੀ, ਇਸੇ ਤਰ੍ਹਾਂ ਦਲਿਤ ਜਥੇਬੰਦੀਆਂ, ਹਿੰਦੂ ਜਥੇਬੰਦੀਆਂ, ਵਪਾਰੀਆਂ ਅਤੇ ਕੱਤੀ ਦੀਆਂ ਕੱਤੀ ਕਿਸਾਨ ਜਥੇਬੰਦੀਆਂ ਨੂੰ ਸੱਦਾ ਦੇ ਕੇ, ਪੰਜਾਬ ਦੇ ਉਹ ਸਾਰੇ ਭਾਈਚਾਰਿਆਂ ਨੂੰ, ਪੰਜਾਬ ਦੇ ਉਹਨਾਂ ਸਮੁੱਚੀਆਂ ਜਥੇਬੰਦੀਆਂ ਨੂੰ, ਸਮੁੱਚੇ ਵਿਅਕਤੀਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਕਰਕੇ, ਘੱਟ ਤੋਂ ਘੱਟ ਪ੍ਰੋਗਰਾਮ, ਭਾਵੇਂ ਸਾਡੇ ਪਿਛਲੇ ਸਮੇਂ 'ਚ ਕਿਤੇ ਕਿਸੇ ਦੇ ਮਤਭੇਦ ਵੀ ਹੋਣ, ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਸਾਰਿਆਂ ਨੂੰ ਭੁਲਾ ਕੇ ਸਭ ਦੇ ਇਕੱਲੇ ਇਕੱਲੇ ਦਾ ਅਸੀਂ ਦਰਵਾਜ਼ਾ ਖੜਕਾਵਾਂਗੇ। ਇਕੱਲੇ ਇਕੱਲੇ ਕੋਲੇ ਅਸੀਂ ਜਾ ਰਹੇ ਹਾਂ, ਸੰਤ ਮਹਾਂਪੁਰਖਾਂ ਕੋਲੇ ਜਾ ਰਹੇ ਹਾਂ, ਉਹਦੇ ਇੱਕ ਮੋਰਚੇ ਦੇ ਮੈਂਬਰ ਤੌਰ 'ਤੇ ਯੂਨਾਈਟਿਡ ਅਕਾਲੀ ਦਲ ਆਪਣਾ ਜੋ ਫਰਜ਼ ਬਣਦਾ, ਆਪਣਾ ਜੋ ਯੋਗਦਾਨ ਆ, ਉਹ ਪੂਰੀ ਤਨਦੇਹੀ ਨਾਲ ਸੰਘਰਸ਼ ਪੱਖੋਂ ਵੀ ਅਤੇ ਅਗਲੇ ਪ੍ਰੋਗਰਾਮਾਂ ਨੂੰ ਵੀ ਲਾਗੂ ਕਰਨ ਲਈ ਪੂਰੀ ਯਤਨ ਕਰੇਗਾ। ਦੋ ਗੱਲਾਂ ਮੈਂ ਇਹਦੇ 'ਚ ਹੋਰ ਕਹਿਣੀਆਂ ਚਾਹੁੰਦਾ। ਇੱਕ ਗੱਲ ਗਿਆਨੀ ਹਰਪ੍ਰੀਤ ਸਿੰਘ ਜੀ ਬਾਰੇ 'ਚ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜੋ ਮੀਟਿੰਗ ਹੈ ਸੱਦੀ ਹੈ, ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਅਕਾਲ ਤਖ਼ਤ ਮੰਨਦੇ ਹਾਂ, ਪਰ ਇਹਦੇ ਬਾਵਜੂਦ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਵੀ ਅਤੇ ਅਸੀਂ ਸਾਰੇ ਪੰਥਕ ਏਕਤਾ ਦੇ ਹਾਮੀ ਹਾਂ। ਪਰ ਉਸ ਏਕਤਾ ਤੋਂ ਪਹਿਲਾਂ ਜਿਨ੍ਹਾਂ ਨੇ ਗੋਲੀ ਚਲਾਈ ਬਹਿਬਲ 'ਚ ਕੋਟਕਪੂਰਾ ਦੇ ਗੁਰੂ ਗ੍ਰੰਥ ਸਾਹਿਬ ਦੇ ਧਰਨੇ 'ਤੇ ਬੈਠਿਆਂ 'ਤੇ, ਡੇਰੇ ਵਾਲਿਆਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ
ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹ ਲੋਕਾਂ ਲਈ ਜ਼ਿੰਮੇਵਾਰ ਆ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦਾ ਪਰਿਵਾਰ ਸੁਖਬੀਰ ਸਿੰਘ ਬਾਦਲ ਅਤੇ ਉਹਦੀ ਪਾਰਟੀ ਕੱਲ੍ਹ ਤੀਕ ਤਾਂ ਉਹਦੀ ਸੀ ਦੋ ਮਿੰਟਾਂ ਦੇ ਵਿੱਚ ਮੈਂ ਕਾਰਵਾਈ ਕਰ ਸਕਦਾ ਮਜੀਠਾ ਉਹਨਾਂ ਦਾ ਜਨਰਲ ਸਕੱਤਰ ਅੱਜ ਉਹ ਹੰਝੂ ਕਿਹੜੇ ਵਹਾਉਂਦੇ ਆ ਉਹਨਾਂ ਲੋਕਾਂ ਨੂੰ ਪਾਸੇ ਕਰਕੇ ਸਮੁੱਚੀ ਪੰਥਕ ਏਕਤਾ ਦੇ ਯਤਨ ਹੋਣੇ ਚਾਹੀਦੇ ਆ ਅਤੇ ਕੌਮੀ ਇਨਸਾਫ ਮੋਰਚਾ ਵੀ ਸਮੁੱਚੀ ਏਕਤਾ ਚਾਹੁੰਦਾ ਹੈ ਯੂਨਾਈਟਡ ਅਕਾਲੀ ਦਲ ਵੀ ਇਹਦਾ ਹਾਮੀ ਹੈ ਭਾਈ ਜਗਤਾਰ ਸਿੰਘ ਹਵਾਰਾ ਵੀ ਹਾਮੀ ਹੈ ਪਰ ਕਿਸੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਲੋਕ ਦੋਸ਼ੀ ਆ ਉਹ ਵੀ ਅੱਜ ਲੋਕਾਂ ਦੇ ਵਿੱਚ ਬੈਠਣ ਜਿਨ੍ਹਾਂ 'ਤੇ ਅਸੀਂ ਸਜ਼ਾ ਦੀ ਮੰਗ ਕਰਦੇ ਹਾਂ ਉਹ ਇਨਸਾਫ ਦੀ ਮੰਗ ਕਰਨ ਇਹ ਗਲਤ ਕਾਰਵਾਈ ਹੈ ਧੰਨਵਾਦ ਜੇਕਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਨੌਜਵਾਨਾਂ ਨੂੰ ਫੜਿਆ ਜਾ ਰਿਹਾ ਹੈ ਅੰਮ੍ਰਿਤਪਾਲ ਵਾਲੇ ਮੁੱਦੇ ਤੋਂ ਬਾਅਦ ਕਿਸ ਤਰ੍ਹਾਂ ਦੇਖਦੇ ਹੋਗੇ ਲਗਾਤਾਰ ਸਾਰੇ ਪੰਜਾਬ 'ਚ ਛਾਪੇਮਾਰੀ ਕੀਤੀ ਮੈਂ ਪਹਿਲਾਂ ਹੀ ਬੇਨਤੀ ਕੀਤੀ ਕੱਲ੍ਹ ਸਾਡੇ ਘਰ ਪੁਲਿਸ ਗਈ ਅਸੀਂ ਕੋਈ ਅੰਡਰਗਰਾਊਂਡ ਨਹੀਂ ਨਾ ਅੰਡਰਗਰਾਊਂਡ ਹੋਣਾ ਜੇ ਸਾਡੀ ਲੋੜ ਹੈ ਸਾਨੂੰ ਗ੍ਰਿਫਤਾਰ ਕਰ ਲੈਣ ਮੈਂ ਸਮਝਦਾ ਕਿ ਉਹ ਇੱਕ ਡਰਾਵਾ ਪੈਦਾ ਕਰ ਰਹੇ ਅਤੇ ਨੌਜਵਾਨਾਂ ਨੂੰ ਵੀ ਇੱਕ ਪੰਜਾਬ ਦੇ ਵਿੱਚ ਜਿੱਥੇ ਡਰ ਪੈਦਾ ਕਰ ਰਹੇ ਆ ਦਹਿਸ਼ਤ ਪੈਦਾ ਕਰ ਰਿਹਾ ਸਰਕਾਰ ਫੇਲ ਹੋ ਗਈ ਇਹੀ ਕਾਰਨ ਇੰਟਰਨੈਟ 'ਤੇ ਪਾਬੰਦੀਆਂ ਅਖਬਾਰਾਂ ਦੇ ਉੱਤੇ ਦਬਾਅ ਪ੍ਰੈਸ ਦੇ ਉੱਤੇ ਦਬਾਅ ਬਹੁਤ ਤਕੜਾ ਤਰ੍ਹਾਂ ਦਬਾਅ ਪਾ ਰਿਹਾ ਇੱਕ ਗੈਰ ਲੋਕਤੰਤਰਿਕ ਕਾਰਵਾਈ ਆ ਤਾਨਾਸ਼ਾਹੀ ਕਾਰਵਾਈ ਹੈ ਇਹਨੂੰ ਬਰਦਾਸ਼ਤ ਪੰਜਾਬ ਦੇ ਲੋਕਾਂ ਨੇ ਨਾ ਐਮਰਜੈਂਸੀ 'ਚ ਕੀਤਾ ਸੀ ਨਾ ਹੁਣ ਕਰਨੀ ਹੈ ਸਿਰ ਤਕੜੀ ਤਰ੍ਹਾਂ ਪੰਜਾਬ ਦੀ ਇੱਕ ਸਿਹਤ ਦੀ ਜਥੇਬੰਦੀ ਤੌਰ 'ਤੇ ਅਤੇ ਪੰਜਾਬ ਦੇ ਲੋਕਾਂ ਦਾ ਇੱਕ ਹਿੱਸਾ ਹੋਣ ਦੇ ਨਾਂ 'ਤੇ ਪੰਜਾਬ ਦੇ ਲੋਕਾਂ ਨਾਲ ਅਤੇ ਉਹ ਸਾਰੇ ਪੀੜਤ ਪਰਿਵਾਰਾਂ ਦਾ ਡਟ ਕੇ ਸਾਥ ਦੇਵਾਂਗੇ ਅਤੇ ਸਰਕਾਰ ਦਾ ਵਿਰੋਧ ਕਰਾਂਗੇ ਤੁਹਾਡੇ ਕੋਲੋਂ ਕਿਸ ਤਰ੍ਹਾਂ ਜਿਹੜਾ ਹੈਗਾ ਘਰੇ ਗਏ ਸੀ ਕਿਸ ਤਰ੍ਹਾਂ ਪੁੱਛਗਿੱਛ ਕੀਤੀ ਗਈ ਜਾਂ ਕਿਸ ਤਰ੍ਹਾਂ ਘਰੇ ਮੈਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੀ ਮੈਂ ਅੱਜ ਸਵੇਰੇ ਉੱਥੋਂ ਆਇਆ ਘਰੇ ਪੁੱਛਿਆ ਵੀ ਕੀ ਨੰਬਰ ਆ ਕਾਰ ਦਾ ਕਿੱਥੇ ਗਏ ਆ ਉਹ ਕਦੋਂ ਮਿਲਣਗੇ ਕੀ ਕਰਨਗੇ ਇਸ ਤਰ੍ਹਾਂ ਪੁਲਿਸ ਜਾ ਕੇ ਦੋ ਥਾਣਿਆਂ ਦੀ ਫਿਰ ਥਰਮਲ ਵਾਲੇ ਗਏ ਮੈਂ ਸਮਝਦਾ ਕਿ ਉਹ ਇੱਕ ਤਰ੍ਹਾਂ ਦੀ ਡਰਾਉਣ ਵਾਲੀ ਕਾਰਵਾਈ ਫਿਰ ਜੇ ਵਾਰੀ ਵਾਰੀ ਜੇ ਸਾਡੀ ਲੋੜ ਆ ਅਸੀਂ ਕਿਹੜਾ ਕੋਈ ਲੁਕੇ ਆ ਇੱਥੋਂ ਵੀ ਮੈਂ ਘਰੇ ਜਾਣਾ ਫੜ ਲੈਣ ਫੜਨ ਇਸ ਤਰ੍ਹਾਂ ਦੀ ਇੱਕ ਸਮਾਜ ਦੇ ਵਿੱਚ ਵੀ ਸਾਡਾ ਇਸ ਤਰ੍ਹਾਂ ਦਾ ਉਹ ਬਣਾਉਣਾ ਚਾਹੁੰਦੇ ਵੀ ਜਿਵੇਂ ਅਸੀਂ ਕੋਈ ਬਹੁਤ ਵੱਡੀ ਕੋਈ ਜੰਗ ਹੀ ਲੜੀ ਜਾ ਰਹੇ ਹਾਂ ਜਾਂ ਇਹ ਪੰਜਾਬ ਦਾ ਅਸੀਂ ਮਾਹੌਲ ਕੋਈ ਖਰਾਬ ਕਰਨ ਵਾਲਿਆਂ 'ਚੋਂ ਨਹੀਂ ਨਾ ਹੋਣ ਦੇਵਾਂਗੇ ਤੁਹਾਡਾ ਕੀ ਮੰਨਣਾ ਜੀ ਤੁਸੀਂ ਕਹਿ ਰਹੇ ਹੋ ਜੀ ਫਰਾਰ ਹੋ ਸਕਦਾ ਜਾਂ ਉਹ ਕਤਲ ਕਰ ਸਕਦੇ ਅੰਮ੍ਰਿਤਪਾਲ ਦਾ ਜੀ ਦੇਖੋ ਇਹਦੇ 'ਚ ਅੱਜ ਮੈਂ ਕੋਈ ਗੱਲ ਵਧਾ ਘਟਾ ਕੇ ਨਹੀਂ ਕਹਿਣਾ ਚਾਹੁੰਦਾ ਤਿੰਨ ਗੱਲਾਂ ਲੋਕਾਂ ਵਿੱਚ ਸਪਸ਼ਟ ਆ ਮੈਂ ਤੁਹਾਥੋਂ ਵੀ ਪੁੱਛਣਾ ਚਾਹੁੰਦਾ ਤੁਸੀਂ ਜ਼ਿਆਦਾ ਜੁੜੇ ਹੋ ਸਾਡੇ ਨਾਲ ਨੰਬਰ 1 ਭੱਜ ਗਿਆ ਨੰਬਰ 2 ਗ੍ਰਿਫਤਾਰ ਹੋ ਗਿਆ ਨੰਬਰ 3 ਉਹਦਾ ਕਤਲ ਹੋ ਗਿਆ ਇਹਦੇ ਲਈ ਜੇ ਕੋਈ ਸਪਸ਼ਟ ਕਰ ਸਕਦਾ ਤਾਂ ਜਿਹਨੂੰ ਕਰਨਾ ਚਾਹੀਦਾ ਜਿਹਦੀ ਡਿਊਟੀ ਆ SP ਦੀ ਜਾਂ ਕਿਸੇ ਕੋਈ ਹੋਰ DSP ਦੀ ਥਾਣੇਦਾਰਾਂ ਦੀਆਂ ਡਿਊਟੀਆਂ ਨਹੀਂ ਇਹਦਾ ਫਰਜ਼ ਬਣਦਾ ਉਹ ਭਗਵੰਤ ਸਿੰਘ ਮਾਨ ਜਿਹੜਾ ਆਪਦੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਉਹ ਦੱਸੇ ਪੰਜਾਬ ਦੇ ਲੋਕ ਕਿਉਂਕਿ ਲਗਾਤਾਰ ਭੰਬਲ ਭੂਸੇ ਨਾਲ ਲੋਕਾਂ 'ਚ ਵਿਰੋਧ ਵੱਧ ਰਿਹਾ ਅੱਜ ਇੱਧਰ ਬਾਜੇ ਖਾਨੇ ਦੇ ਸਾਡੇ ਜਹਿਦਾਰ ਆਏ ਆ ਨਛੱਤਰ ਸਿੰਘ ਡਬੜੀ ਖਾਨੇ ਉੱਥੇ ਬਹੁਤ ਵੱਡੇ ਮਾਰਚ ਹੋਏ ਅਤੇ ਆਉਣ ਵਾਲੇ ਦਿਨਾਂ 'ਚ ਜਿਵੇਂ ਸ਼ੰਕਾ ਕੀਤੀ ਜਾ ਰਹੀ ਵੀ ਉਹਦਾ ਕਤਲ ਹੋ ਗਿਆ ਅਤੇ ਬਹੁਤ ਵੱਡੀ ਵੱਧ ਅਤੇ ਰੋਸ ਵਧਣਗੇ ਇਹ ਫਰਜ਼ ਸਰਕਾਰ ਦਾ ਹੈ ਸਾਨੂੰ ਜਿਵੇਂ ਤੁਹਾਨੂੰ ਸ਼ੰਕੇ ਹੈ ਲੋਕਾਂ ਨੂੰ ਸ਼ੰਕੇ ਹੈ ਸਾਨੂੰ ਵੀ ਉਸੇ ਤਰ੍ਹਾਂ ਸ਼ੰਕੇ ਹੈ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਜਥੇਬੰਦੀਆਂ ਕਿਉਂ ਨਹੀਂ ਆਉਣਗੀਆਂ ਕਿਉਂ ਨਹੀਂ ਆਉਣਗੀਆਂ ਗੱਲ ਵਿਅਕਤੀਗਤ ਅੰਮ੍ਰਿਤਪਾਲ ਸਿੰਘ ਦੀ ਨਹੀਂ ਗੱਲ ਇਹ ਹੈ ਵੀ ਕਿਹੜਾ ਕਾਰਨ ਹੈ ਤੁਸੀਂ ਦੱਸੋ ਵੀ ਕਿਹੜੀ ਪੰਜਾਬ 'ਚ ਅੱਗ ਲੱਗੀ ਹੈ ਵੀ ਸ਼ਾਮ ਭੇਜੋ ਚੱਕ ਚੱਕ ਇਹਦਾ ਕਾਲੇ ਪਾਣੀਆਂ ਦੀ ਯਾਦ ਹੈ ਕਿਹੜਾ ਕਾਰਨ ਹੈ ਵੀ ਹਜ਼ਾਰਾਂ ਬੰਦਿਆਂ ਨੂੰ ਫੜੇ ਜਾ ਕਿੱਥੇ ਗੜਬੜ ਹੋ ਰਹੀ ਹੈ ਇੱਕ ਘਟਨਾ ਵਾਪਰੀ ਹੈ ਇਹ ਆਪਾਂ ਸਾਰੇ ਸਹਿਮਤ ਹੈ ਪਰ ਦੂਜੇ ਸੂਬਿਆਂ 'ਚ ਜੋ ਵਾਪਰ ਰਿਹਾ ਕਿਤੇ ਗਊ ਜਾਂਦੇ ਟਰੱਕਾਂ ਵਾਲਿਆਂ ਨੂੰ ਕਤਲ ਕਰਦਾ ਕਿਤੇ ਆਪਸੀ ਝਗੜੇ ਹੋ ਗਏ ਤੁਸੀਂ ਦੱਸੋ ਆਪਾਂ ਸਾਰੇ ਇਸ ਸਮਾਜ ਦਾ ਹਿੱਸਾ ਹੈ ਇੱਥੇ ਕਿਤੇ ਦੋ ਵਿਅਕਤੀਆਂ ਦਾ ਧਰਮ ਦੇ ਆਧਾਰ 'ਤੇ ਝਗੜਾ ਹੋ ਕੋਈ ਕਿਤੇ ਇੱਥੇ ਕੋਈ ਸ਼ਾਂਤੀ ਅੰਮ੍ਰਿਤਪਾਲ ਦੀ ਆਹ ਘਟਨਾ ਤੋਂ ਬਾਅਦ ਕਿਤੇ ਪੰਜਾਬ 'ਚ ਕਿਸਾਨ ਕੋਈ ਤਣਾਅ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਹਿੰਦੂ ਭਾਈਚਾਰੇ ਨੂੰ ਡਰਨਾ ਨਹੀਂ ਚਾਹੀਦਾ ਸਾਥ ਇਸ ਵਿਰੁੱਧ ਡਟ ਕੇ ਖੜਨਾ ਚਾਹੀਦਾ ਡਟ ਕੇ ਖੜਨਾ ਚਾਹੀਦਾ ਉਹਨਾਂ ਨੂੰ ਨਾਲ ਤਾਂ ਜੋ ਇਹ ਜਿਹੜੀ ਸਾਡਾ ਪਾੜੇ ਪੁਰਾਣੇ ਪਏ ਉਹ ਸਦਾ ਲਈ ਖਤਮ ਹੋ ਜਾਣ ਜੇਕਰ ਗੱਲ ਕੀਤੀ ਜਾਵੇ ਤੁਸੀਂ ਗੱਲ ਕਰ ਰਹੇ ਹੋ ਐਕਸ਼ਨ ਦੀ ਕਿਸ ਤਰ੍ਹਾਂ ਦਾ ਐਕਸ਼ਨ ਕੀਤਾ ਜਾਊਗਾ ਤੁਹਾਡੇ ਵੱਲੋਂ ਦੇਖੋ ਅਸੀਂ ਇੱਕ ਗੱਲ ਤੁਹਾਨੂੰ ਸਪਸ਼ਟ ਕਰੀਏ ਕਿਉਂਕਿ ਜੇ ਅਸੀਂ ਐਲਾਨ ਕਰਕੇ ਕਰਦੇ ਹਾਂ ਤਾਂ ਸਰਕਾਰ ਜੇ ਅਸੀਂ 50 ਬੰਦਿਆਂ ਦੇ ਉੱਥੇ 1000 ਬੰਦਾ ਲਾ ਦਈਏ ਜੇ ਅਸੀਂ 200 ਤੋਂ 1000 ਲਾ ਦਈਏ ਇਹ ਤੁਹਾਨੂੰ ਉਹਦੇ ਮੌਕਾ ਦੇਵਾਂਗੇ ਸੱਦਾਂਗੇ ਵੀ ਥੋੜ੍ਹੇ ਦਿਨਾਂ 'ਚ ਹੀ ਇਸ ਹਫ਼ਤੇ ਦੇ ਵਿੱਚ ਸਰਕਾਰ ਠੀਕ ਹੈ ਚਲੋ ਐਲਾਨ ਬਸ ਇੱਕ ਗੱਲ ਕਹਿੰਦੇ ਵੀ ਕੋਈ ਸ਼ਾਂਤੀਪੂਰਵਕ 100% ਸ਼ਾਂਤੀਪੂਰਵਕ ਹੋਵੇਗਾ 100% ਇਹ ਪੰਜਾਬ ਦੇ ਲੋਕਾਂ ਮੁਤਾਬਕ ਹੋਏ ਅਤੇ ਸਾਰੇ ਭਾਈਚਾਰਿਆਂ ਦਾ ਅਸੀਂ ਉਹਦੇ ਸਹਿਯੋਗ ਲਵਾਂਗੇ ਕਿਸੇ ਨੂੰ ਕੋਈ ਤਕਲੀਫ ਨਹੀਂ ਦੇਵਾਂਗੇ ਪਰ ਸਰਕਾਰ ਦੇ ਵਿਰੁੱਧ ਅਸੀਂ ਸ਼ਕਤੀ ਨਾਲ ਜਿੰਨੀ ਸਾਡੀ ਸ਼ਕਤੀ ਹੈ ਉਹ ਸੰਕੇਤਕ ਰੂਪ 'ਚ ਕਰਾਂਗੇ ਫਿਰ ਇਹਨੂੰ ਪੰਜਾਬ ਰੂਪ 'ਚ ਕਰਾਂਗੇ ਜੋ ਸਾਡਾ ਇਹ ਪ੍ਰੋਗਰਾਮ ਕਿੰਨੇ ਕੁ ਵਜੇ ਆਏ ਤੁਹਾਡੇ ਘਰੇ ਜੀ ਲੋਕਲ ਬਠਿੰਡਾ ਪੁਲਿਸ ਹਾਂ ਕੈਂਟ ਪੁਲਿਸ ਕੈਂਟ ਪੁਲਿਸ ਫਿਰ ਥਰਮਲ ਵਾਲੀ ਪੁਲਿਸ ਨੇ ਕਿੰਨੇ ਕੁ ਵਜੇ ਦਾ ਸਮਾਂ ਮੈਂ ਤਾਂ ਕੱਲ੍ਹ ਹੈ ਨਹੀਂ ਸੀ ਕਿੰਨੇ ਵਜੇ ਸੀ ਗੋਰੇ
3 ਵਜੇ ਦਾ ਮੈਨੂੰ ਲੱਗਦਾ 4 ਵਜੇ ਦੁਪਹਿਰ ਤੋਂ ਬਾਅਦ ਦਾ ਟਾਈਮ ਸੀ।